85 ਸਾਲਾ ਪੰਜਾਬੀ ਦੇਸੀ ਬਾਬਾ, 1 ਕਿਲੋ ਦੁੱਧ, 12 ਰੋਟੀਆਂ, 1 ਕਿਲੋ ਗੋਸ਼ਤ ਕੀ ਰੋਜ਼ਾਨਾ ਖੁਰਾਕ। ਉਸ ਵੇਲੇ ਨਾ ਆ ਡਾਲਟਾ, ਨਾ ਉਹ ਸਪਰੇਆਂ, ਕੋਈ ਚੀਜ਼ ਨਹੀਂ। ਰੋਟੀ ਜੇ ਬੇਈ ਵੀ ਖਾਧੀ ਤੇ ਉਸ ਵੀ ਸਰੂਰ ਦਿੱਤਾ। ਜਿਹੜਾ ਛੋਰ ਜਵਾਨ ਖੁਲਿਆ ਉਹਨੂੰ ਫੜ ਕੇ ਮਰੋੜ ਕੇ ਹੇਠਾਂ ਰੱਖ ਛੱਡਿਆ। ਕੀ ਨਾਂ ਹੈ ਜੀ ਆਪਣਾ? ਮੁਹੰਮਦ ਨਵਾਜ਼ ਹੈ ਮੇਰਾ ਨਾਂ। ਮੁਹੰਮਦ ਨਵਾਜ਼ ਸਾਹਿਬ, ਮੁਹੰਮਦ ਨਵਾਜ਼ ਸਾਹਿਬ ਆਪਣੀ ਕਿੰਨੀ ਉਮਰ ਹੈ? ਉਮਰ ਮੇਰੀ ਹੁਣ 85 ਕੁ ਸਾਲ ਹੈ। ਬਾਕੀ 85 ਸਾਲ ਹੈ, ਬਾਕੀ 38 ਦੀ ਪੈਦਾਇਸ਼ ਹੈ। ਤੁਸੀਂ ਹਿਸਾਬ ਕਰ ਲਓ। ਤੇ ਸਿਰਫ ਦਾੜੀ ਚਿੱਟੀ ਹੈ ਤੇ ਬਾਕੀ ਵਾਲ ਸਾਰੇ ਕਾਲੇ ਨੇ? ਉਹ ਬਸ ਉਹ ਦਾੜੀ ਨੂੰ ਕੋਈ ਨਹੀਂ ਲੈਂਦਾ ਤੇ ਸਿਰ ਨੂੰ ਲਾ ਲਈਦੀ ਹੈ। ਸ਼ੌਕ ਤੁਹਾਡੇ ਦੌਰ, ਤੁਸੀਂ ਕੀ ਖੁਰਾਕ, ਕਿਵੇਂ ਉੱਠਦੇ, ਕਿਸ ਟਾਈਮ ਉੱਠਦੇ ਸੋ? ਅਸੀਂ ਕਦੀ ਉੱਠ ਜਾਣਾ ਸੁਬਾਹ, ਕਦੀ ਉੱਠ ਜਾਣਾ ਸੱਯਦ ਦੇ ਟਾਈਮ, ਕਦੀ ਉੱਠ ਜਾਣਾ ਅਜ਼ਾਨਾਂ ਮਿਲਦੀਆਂ ਪਈਆਂ ਉਸ ਵੇਲੇ ਆ ਕੇ ਪੱਠੇ ਪਾਉਣੇ ਨੇ, ਹਲ ਜੋੜੇ ਨੇ, ਹਲ ਜੋ ਕੇ ਲੈ ਜਾਣੇ ਨੇ, ਰੋਟੀ ਆਉਣੀ ਹੈ, ਹੱਥ ਜਿਹੜੇ ਨੇ ਉਹ ਮਲੇ ਮੁਲੇ ਹੋਣੇ ਨੇ, ਉਹ ਹੱਥਾਂ ਜਾਂ ਕਰਕੇ ਤੇ ਉਹ ਰੋਟੀ ਖਾ ਲੈਣੀ ਹੈ, ਲੱਸੀ ਪੀਣੀ ਹੈ। ਉਸ ਵੇਲੇ ਨਾ ਆ ਡਾਲਟਾ, ਨਾ ਉਹ ਸਪਰੇਆਂ, ਕੋਈ ਚੀਜ਼ ਨਹੀਂ ਸਾਡੇ ਦੌਰਾਨ ਦੇ ਵਿੱਚ। ਅਤੇ ਤਾਕਤ ਵੀ ਅੱਲਾ ਦਿੱਤੀ, ਰੋਟੀ ਜੇ ਬੇਈ ਵੀ ਖਾਧੀ ਤਾਂ ਉਸ ਵੀ ਸਰੂਰ ਦਿੱਤਾ ਹੈ। ਅੱਜ ਕੱਲ੍ਹ ਦੀਆਂ ਰੋਟੀਆਂ ਜਿਹੜੀਆਂ ਨੇ ਉਹ ਤੁਸੀਂ ਵੇਖੋ, ਅਤੇ ਇਹ ਜਿਹੜੇ ਆ ਜਵਾਨ ਹੁਣ ਨੇ ਆ ਬਰਗਰ ਖਾ ਖਾ ਕੇ ਅਤੇ ਇੱਥੇ ਇੱਥੇ ਹੋ ਗਏ ਨੇ, ਫਿੱਟ ਗਏ ਨੇ, ਤੇ ਮੂੰਹ ਉਹਨਾਂ ਉਹਦਾ ਕੀਤਾ, ਉਹਨਾਂ ਨੂੰ ਪਤਾ ਹੀ ਨਹੀਂ ਮੈਂ ਸਾਡੀ ਉਮਰ ਕਿੰਨੀ ਹੈ ਜਾਂ ਕਿਤੇ ਗਏ ਹਾਂ ਜਾਂ ਕੀ ਖਾਣਾ ਹੈ। ਉਸ ਵੇਲੇ ਕਿਲੋ ਜਿਹੜਾ ਗੋਸ਼ਤ ਹੁੰਦਾ ਉਹ ਮੈਨੂੰ ਤਾਂ ਮਲੂਮ ਹੀ ਨਾ ਹੁੰਦਾ, ਖਾ ਜਾਣਾ ਪੂਰਾ ਕਿਲੋ ਗੋਸ਼ਤ, ਖਾ ਜਾਂਦੇ ਪੂਰਾ ਕਿਲਾ ਭੁੰਨ ਕੇ ਖਾ ਜਾਣਾ। ਇਸ ਦੌਰੇ 4-5-6 ਜੀ ਖਾ ਜਾਂਦੇ ਨੇ? ਹਾਂ, ਉੱਥੇ ਕਿਲੋ ਪੂਰਾ ਖਾ ਜਾਣਾ ਅਤੇ ਪਰਵਾਹ ਨਾ ਆਉਣੀ। ਇੱਕ ਵਾਰ ਰੋਟੀਆਂ ਪੱਕੀਆਂ, 12 ਰੋਟੀਆਂ ਤੌੜੀ ਸਾਲਣ ਦੀ, 4-5 ਬੱਚੇ, ਅਤੇ ਉਹ ਮੈਂ ਆਇਆ ਬਾਹਰੋਂ ਬਾਗ ਤੋਂ ਦੁੱਧ ਚੋ ਕੇ, ਸ਼ਾਮ ਵੇਲੇ ਉੱਤੇ ਕੋਠੇ 'ਤੇ ਚੜ ਗਿਆ, ਮੈਂ ਉਹ ਤੌੜੀ ਵੀ ਪੂਜ ਗਿਆ ਅਤੇ ਰੋਟੀਆਂ ਵੀ 12 ਖਾ ਗਿਆ। 12 ਰੋਟੀਆਂ, 12 ਰੋਟੀਆਂ, ਯਕੀਨ ਕਰੋ, ਬੱਲੇ ਬੱਲੇ ਬਈ, ਬੱਲੇ ਬੱਲੇ ਰੋਟੀਆਂ ਵੀ ਖਾ ਗਿਆ। ਮੇਰਾ ਵਜੂਦ ਫੁੱਲਿਆ ਨਹੀਂ, ਫੁੱਲਿਆ ਨਹੀਂ। ਮੁੜ ਤਰੇ ਤਰੇ ਮਣ ਦੀ ਜਿਹੜੀ ਨਾ ਆ ਜਿਹਦੇ ਉੱਤੇ ਲੁਹਾਰ ਕੁੱਟਦੇ ਨੇ, ਉਹ ਸਿਰ ਤਰੇ ਮਣ ਦੀ ਉਹਦੇ ਬਲਾਂਗੇ ਕੱਢੇ ਨੇ। ਜਿਹੜਾ ਛੋਰ ਜਵਾਨ ਖੁੱਲਿਆ ਉਹਨੂੰ ਫੜ ਕੇ ਮਰੋੜ ਕੇ ਹੇਠਾਂ ਰੱਖ ਛੱਡਿਆ। ਬੋਰੀ ਖਾਦ ਦੀ ਚੁੱਕਦੇ ਸੋ ਨਾ, 50 ਕਿਲੋ ਦੀ ਚੁੱਕ ਕੇ ਪਰਾਂ ਸੁੱਟ ਛੱਡਣੀ, ਪਰਾਂ ਸੁੱਟ ਦੇਣੀ। ਮੇਰੇ ਅੱਗੇ ਬਾਲ ਕੋਈ ਛੋਰ ਘਬਰਾਟਾ ਨਾ ਅੜਦਾ, ਇੰਨੀ ਉਹ ਤਾਕਤ ਹੁੰਦੀ ਹੈ ਜੀ। ਅੱਜ ਹੁਣ ਫਿਰਦਿਆਂ ਫਿਰਦਿਆਂ ਬਾਹਰ ਧਿਆਨ ਨੇ ਖਾਂਦੇ ਨੇ ਬਰਗਰ ਅਤੇ ਆ ਕਿਸੇ ਖਾਤੇ ਦੇ, ਉਹ ਮਿਹਨਤ ਵੇਖ ਕੇ ਉਹਦੇ ਨੂੰ ਹੈਰਾਨ ਹੋ ਜਾ। ਬਰਗਰ, ਸ਼ਵਾਰਮਾ, ਪੀਜ਼ੇ, ਹਰ ਹਰ ਕੁਝ, ਅਤੇ ਜਿਹੜੇ ਆ ਖਾਂਦੇ ਨੇ ਹੁਣ ਲੂਣੀਆਂ ਦਾਲਾਂ ਅਤੇ ਉਰਾਂ ਪਰਾਂ ਅਤੇ ਸਾਰਾ ਇਹ ਕੋਈ ਉਸਲੇ ਹੈ ਹੀ ਕੋਈ ਨਾ। ਉਦੋਂ 12 ਰੋਟੀਆਂ ਖਾ ਲੈਂਦੇ ਸੋ, 12 ਰੋਟੀਆਂ, ਅਤੇ ਹੁਣ ਕਿੰਨੀ ਖਾ ਲੈਂਦੇ? ਹੁਣ ਇੱਕ ਰੋਟੀ ਮਾਰ ਕੇ ਖਾਈ। ਕਿਉਂ, ਮੈਦਾ ਦੇ ਹੋਈ ਹੈ, ਢਿੱਡ ਵੀ ਹੋਈ ਹੈ, ਢਿੱਡ ਵੀ ਹੋਵੇ, ਮੈਦਾ, ਪਰ ਉਹ ਤਾਕਤ ਨਹੀਂ ਰਹੀ। ਹੁਣ ਹਰ ਚੀਜ਼ ਤਾਕਤ ਨਾਲ ਬਜਾਈ। ਨੌਜਵਾਨ ਨਸਲ ਨੂੰ ਕੀ ਸੁਣਿਆ ਦੇਵੋਗੇ ਕਿ ਕੀ ਉਹ ਖਾਵੇ ਪੀਵੇ ਅਤੇ ਕੀ ਕਰੇ ਅਤੇ ਕਿਵੇਂ ਉਹ ਜਵਾਨ ਹੋਵੇ, ਸਿਹਤਮੰਦ ਹੋਵੇ? ਉਹ ਸਿਹਤਮੰਦ ਨਹੀਂ ਹੁੰਦਾ, ਕਾਰੋਬਾਰ ਵੀ ਕਰੇ। ਅੱਜ ਕੱਲ੍ਹ ਕਾਰੋਬਾਰ ਜਿਹੜਾ ਇਨਸਾਨ ਦਾ ਬੜਾ ਸਿਹਤ ਹੈ। ਤੁਹਾਡੇ ਦੌਰ ਚੰਗੇ ਸਨ? ਬੱਲੇ ਬੱਲੇ, ਉਸ ਵੇਲੇ ਅਸੀਂ ਵੱਡੇ ਵੱਡੇ ਆ ਘਬਰਾਟੇ ਆ ਅਤੇ ਕੁੜੀਆਂ ਛੋਰਾਂ ਸਾਂ ਰਲ ਕੇ ਖੇਡਣਾ ਅਤੇ ਕੋਈ ਪਰਵਾਹ ਨਹੀਂ ਹੁੰਦੀ, ਪਤਾ ਹੀ ਨਾ ਹੁੰਦਾ ਇਸ ਕੰਮ ਦਾ ਹੈ ਕੀ, ਦੁਨੀਆ ਦਾ ਦੁਨੀਆਦਾਰੀ ਦਾ ਪਤਾ ਕੀ ਹੈ। ਇੱਥੋਂ ਮੀਆਂ ਇੱਕ ਦਿਨ ਚੁੱਕ ਡੇਰਾ ਘਰ ਸਾਵਰੇ ਵੱਲ ਸਦਾ ਵਸੇਗਾ, ਖਾਰੇ ਚੜੇਗਾ ਮੌ ਸੁਹਾਗ ਤਖਤ, ਹੱਥ ਪੈਰ ਨਾ ਮੂਲ ਹਿਲਾ ਵਸੇਗਾ, ਜੰਗਾਂ ਚੜਦੀਆਂ ਵੇਖ ਕੇ ਹੱਸਣੀ ਇੱਕ ਦਿਨ ਤੂੰ ਵੀ ਜੰਗ ਚੜਾ ਵਸੇਗਾ, ਆ ਕੇ ਲਾਗ ਵੀ ਪੁੱਛਣ ਗੌਰ ਅੰਦਰ ਖਰ ਚੰਬਲ ਬਾਜੂ ਸ਼ਰਮਾ ਵਸੇਗਾ, ਉੱਥੇ ਕਿਹੜੇ ਰਾਹ ਕੁਰਾ ਜਾਏ ਪੈਰ ਪੈਰ 'ਤੇ ਠੋਕਰਾਂ ਖਾ ਵਸੇਗਾ, ਜਾਗ ਜਾਗ ਚੱਲਾਂ ਵੇਲਾ ਜਾਗਣੇ ਦਾ ਕਈ ਸੁੱਤਿਆਂ ਸਮੇਂ ਵਿਆਹ ਵਸੇਗਾ, ਚੰਗਾ ਅੱਜ ਦਾ ਜਾਗਿਆ ਕੰਮ ਤੇਰੇ ਭਲਕੇ ਜੰਨਤੀ ਸੇਜ ਵਿਛਾ ਵਸੇਗਾ, ਕੁਝ ਖੱਟ ਲਾਇਆ ਜੋ ਬਾਜ਼ਾਰ ਲੱਗੀ ਵੱਤ ਵੱਤ ਨਾ ਸੈਰ ਨੂੰ ਆਵਸੇਗਾ, ਸਿਹਰੇ ਨੇਕੀਆਂ ਦੇ ਜਾਈ ਬੰਨ ਸੂਏ ਇੱਜ਼ਤ ਵਿੱਚ ਦਰਗਾਹ ਦੇ ਪਾਵਸੇਗਾ, ਆਪਣੇ ਕਾਜ ਜੋਗਾ ਕਰ ਲੈ ਖਰਚ ਇਕੱਠਾ ਪਿਆ ਕਾਠੜਾ ਅਤੇ ਪੱਛੋਂ ਤਾਵਸੇਗਾ, ਉਹ ਮੱਲੋ ਵਸ ਪੋਸੇ ਜਦੋਂ ਡਾਢਿਆਂ ਦੇ ਖਾਲੀ ਪੱਲੜੂ ਕੀ ਬਣਾਵਸੇਗਾ, ਕਲਮਾ ਪਾਕ ਰਸੂਲ ਦਾ ਪੜੀ ਬੰਦਿਆਂ ਖੈਰੀ ਲੱਗ ਸਰਾਤ ਸੀ ਜਾਵਸੇਗਾ।